ਦਸਵਾਂ ਜਮਾਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਏ ਓਂਕਾਰ ਨਾਨਕ ਪਾਰ ਨਾਨਕ ਪਾਰ ਪ੍ਰਸਾਦ ਨਾਨਕ ਇੱਕ ਜਤਨ ਸਰੂਪ ਪੀਰਤ ਪੀਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਜਾਏ ਅਸ਼ਟਪਦੀ ਜਾਤ ਜਨ ਜਾਤ ਪ੍ਰਭ ਦਾ ਕਰ ਕਿਰਪਾ ਦੇ ਗੋਗਲ ਨਾਮ ਸਾਧਨਾ ਕੀ ਮਾਧੁਰੋ ਸਾਰ ਮੇਰੀ ਸਦਾ 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 ਪ੍ਰਭ ਕੀ ਗੁਣ ਗਾਓ ਸਾ ਸਾਸ ਪ੍ਰਭ ਤੁਮੇ ਧਿਆਉ ਚਰ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਏ ਹਰਿ ਪ੍ਰਭ ਕੈ ਸੰਗ ਜੈ ਮਾਰਗ ਕੇ ਗੁਣ ਜਾਇ ਨਾ ਕੋਸਾ ਹਰਿ ਕਾ ਨਾਮ ਹੁਆ ਸੰਗ ਤੋਸਾ ਜਹ ਪੈਂਡੇ ਮੰਦ ਫੁਵਾਰਾ ਹਰਿ ਕਾ ਨਾਮ ਸੰਗ ਪੁਜਿਆਰਾ ਜਹਾਂ ਪੰਤੇ ਰਾਖੋ ਨਾਮ ਤੇ ਜਾਣੂ ਹਰਿ ਕਾ ਨਾਮ ਤੇ ਨਾਲ ਪਛਾਣੂ ਜੈ ਮਹਾ ਪਿਆਨ ਤਪਸ ਮੁਕਾਮ ਜੈ ਹਰਿ ਕੇ ਨਾਮ ਕੀ ਤੂੰ ਪਰਛਾਮ ਜਾਂ ਤਿੱਖਾ ਮਨ ਪੁਜਿਆ ਕਰਖੈ ਜੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੇ ਵਰਤਨ ਨਾਮ ਕਰਾ ਹਰਿ ਸਿਮਿਆ ਮ੍ਰਿੰਕਾਰਾ ਹਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਤੁਰੇ ਤਨ ਮਾਹਿ ਮਿਟਾਵੋ ਸਿਮਰੋ ਜਾਪ ਸੰਪਰੇ ਕੈ ਨਾਮ ਤਿਬਤਾ ਲੰਤਾ ਨੇ ਕੈ ਵੇਦ ਪ੍ਰਾਣ ਸੁਨ ਸੁਧਿਆ ਕਰ ਕੀਨੇ ਰਾਮ ਨਾਮ ਨਿਕਿਆ ਕਰ ਖਿਨਕਾ ਇਕ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ ਤਾਂ ਕੀ ਏਕੈ ਦਤ ਤੁਹਾਰੋ ਨਾਨਕ ਪੁਨ ਸੰਗ ਮੋਹਿ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਤਵ ਨਾਮ ਭਗਤ ਨਾ ਕੈ ਮਨ ਵਿਸ਼ਰਾਮ ਰਹਾਉ ਪ੍ਰਭ ਕੈ ਸਿਮਰਨ ਕਰ ਬਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਕਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਨ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁਧ ਪ੍ਰਭ ਕੈ ਸਿਮਰਨ ਜਪ ਪੂਜਾ ਪ੍ਰਭ ਕੈ ਸਿਮਰਨ ਬਿਰਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਕਿਸ਼ਨਾਨੀ ਨਾਨਕ ਪਾਇਆ ਮਿਤ ਕੋ ਜੀਵਾਲਨ ਹਾਰ ਭੁਖੇ ਕੋ ਦੇਵ ਦਾਨ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਏ ਪੂਰਵ ਲਿਖੇ ਕਾ ਲੈ ਨਾ ਪਾਏ ਸਭ ਕਿਛ ਤਿਸਕਾ ਉਹ ਕਰਨਾ ਜੋ ਇਸ ਵਿੱਚ ਦੂਸਰ ਹੋਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਜਨੇ ਮਰੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨੇ ਮੁਖੀਆ ਜਾਨ ਕੈ ਮਨ ਗੁਰ ਕੀ ਪ੍ਰਤੀਤ ਜਿਸ ਜਨ ਆਵੈ ਹਰ ਪ੍ਰਭ ਜੀਤ ਭਗਤ ਭਗਤ ਸੁਣਿਆ ਤੈ ਲੋਏ ਜਾਂ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਸਾਂਗੀ ਰਹਿਤ ਸੱਚ ਹਿਰਦੈ ਸਤਮੁਖ ਕੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜੁੰਦ ਕਾ ਦਿਪ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਹਾ ਉਦਿਆਨ ਮੈਂ ਮਾਰ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਪਾਛੋ ਦੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੁਰਖਾਏ ਦਿਲ ਲਾਈਐ ਪੂਰਵ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗੂ
ਤਿਥੈ ਚਿਤਾ ਜੋ ਕਿਛ ਕਰੈ ਦੇਸ਼ ਮਾਰਾ ਤਾ ਅਗਨਤ ਅਤੋਲੈ ਜੋ ਲਾਭ ਤੁ ਨਾਨਕ ਦਾਸ ਬੋਲੈ ਸਲੋਕ ਜੀ ਅੰਤ ਕੇ ਠਾਕੁਰਾ ਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੁਜਾ ਕੈ ਵਿਸਤਾਰਿਸ ਪਰੀ ਆਪ ਕਚਿਆ ਸੁਨੇ ਹਾਰ ਆਪੇ ਕਾ ਵਿਸਥਾਰ ਜਾ ਜਨ ਆਵਨ ਕਾ ਇਹ ਸੁਆਰੋ ਜਨ ਕੈ ਸੰਗ ਕਿਤੇ ਆਵੈ ਨਾਮ ਪਿਆਰਾ ਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਪਰ ਕਰਿਆਰ ਨਾਨਕ ਠਾਕੁਰ ਅਗਨ ਪਾਰ ਅਗਨਾ ਸੀ ਸੁਖ ਆਪਣ ਆਸਨ ਤੈ ਜਨਮ ਬਨ ਕੋ ਕਹਾ ਵਿਨਾਸ਼ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਬ ਕੀ ਤ੍ਰਾਸ ਕੋ ਕਿਸ ਹੋਏ ਜਬ ਅਵਗਤ ਅਗੋਚਰ ਤਬ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਕਾ ਜਬ ਅਨਾਥ ਨਿਰੰਜਨ ਕੋ ਚੜ੍ਹ ਬਾਜੇ ਤਬ ਕੌਣ ਛੁਟੇ ਕੌਣ ਬੰਧਨ ਬਾਜੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਜਾ ਜੈ ਨਿਰਮਲ ਪੁਰਖ ਪੁਰਖ ਮਤ ਹੋਤਾ ਜੈ ਬਿਨ ਮੈਲ ਕੋ ਕਿਰਨ ਤੋਤਾ ਜੈ ਨਿਰੰਜਨ ਕਾ ਨਿਰਵਾਣ ਲੈ ਨਾਥ ਗੋਬਿੰਦ ਗੋਪਾਲ ਸਰਬ ਕਟਾ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨਹੀਤ ਅੰਦਿਰ ਗੁਨਿਆਰ ਨੀਚੈ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁਟ ਮੁਕਤ ਮੋਗ ਪਾਏ ਏਕ ਨਿਵਾਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡੇ ਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਭੋ ਭੋਜਨ ਕਾ ਪ੍ਰਸੰਗੀ ਰਸਨਾ ਜਪਦੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਪਾਵਰਤ ਹਿਰਦੈ ਵਸੇ ਪੂਰਨ ਗੁਰਮਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਪੁਰਖ ਨਹੀਂ ਦੁਲਾਨੇ ਸੁਭਨ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਭਰੇ ਸਰਨ ਹਾਨ ਸਭ ਤਿਆਗ ਅੰਤਰ ਪ੍ਰਗਾਸ ਅੰਤ ਲਿਵਲਾਗ ਬੜ ਭਾਗੇ ਜੈ ਪ੍ਰਭ ਹੋਏ ਦਿਆਲ ਰੁਕਿਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਗਿਆ ਜਨ ਪਰ ਤੂ ਪ੍ਰਭ ਗਿਆ ਇਛ ਪੁਰੀ ਸਰਦਾ ਸਭ ਪੁਰੀ ਰੱਬ ਰਿਆ ਸਤ ਸੰਗ ਜੂ ਜਿਸ ਕਾ ਸਾਧਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨ ਹੋ ਸਾ ਲਾਹੀ ਏਕ ਸਿਮਰ ਏਕ ਮਨ ਆਏ ਏਕ ਸ੍ਰੀ ਗੁਰ ਗਾਉ ਬਨੰਤ ਮੰਤਨ ਜਾਪ ਏਕ ਭਗਵੰਤ ਏਕ ਹੋ ਏਕ ਏਕ ਹਰ ਆਪ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਏਕ ਦਾਤਾ ਸਲੋਕ ਫਿਰਦ ਫਿਰਦ ਪ੍ਰਭ ਆਇਆ ਪਰਿਆ ਤੂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾ ਕਰ ਕਿਰਪਾ ਦੇ ਵੋ ਹਰ ਨਾਮ ਸਾਜ ਨਾ ਕੀ ਮੰਗੋ ਤੂੰ ਪਾਰ ਮੇਰੀ ਸ਼ਰਧਾ ਸਦਾ ਸਦਾ ਜਨ ਮਮਰਨ ਤਾਕਾ ਦੁਖ ਨਿਵਾਰੈ ਤੋ ਲਭ ਦੇ ਤਤਕਾਲ ਉਦਾਰੈ ਨਿਰਮਲ ਸੋਭਾ ਅੰਮ੍ਰਿਤ ਦਾ ਕੀ ਵਾਣੀ ਏਕ ਨਾਮ ਮਨ ਮਾਏ ਸਮਾਨੀ ਦੁਖ ਰੋਗ ਦਿਨ ਸਮਰਨ ਤਾਕਾ ਦੁਖ ਨਿਵਾਰੈ ਤੋ ਲਭ ਦੇ ਤਤਕਾਲ
ਨਿਰਮਲ ਉਤਾਰ ਨਿਰਮਲ ਸੋਭਾ ਅੰਮ੍ਰਿਤ ਦਾ ਕੀ ਬਾਣੀ ਵਾਹਿਗੁਰੂ 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 ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਯੁਗ ਨੂੰ
ਥਲ ਪਾਈ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਾਈ ਹੈ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਲੈ ਰਾਸ ਕਰ ਚਰਨਾਂ ਵਿੱਚ ਸਿੱਖਾਂ ਪਿਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਦੇ ਅਵਤਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦਾ ਪ੍ਰਕਾਸ਼ ਪੁਰਬ ਕੱਲ੍ਹ ਜਿਸ ਤਰ੍ਹਾਂ ਬੱਚਿਆਂ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ ਕਿ 15 ਅਪ੍ਰੈਲ 1469 ਨੂੰ ਸਾਬੋ ਕੀ ਤਲਵੰਡੀ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤ ਕੌਰ ਦੀ ਕੁੱਖ ਤੋਂ ਹੋਇਆ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜਿਸਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਮੰਨਿਆ ਕਿ ਸੰਸਾਰ ਉਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਆਪ ਮਿਲ ਕਰਕੇ ਪ੍ਰਕਾਸ਼ ਪੁਰਬ 595 ਜਨਮ ਦਿਨ ਮਨਾ ਰਹੇ ਹੋ। ਮੇਰੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਪ ਜੀ ਗੁਰੂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਭਰ ਕਰਕੇ ਇਸ ਉਸਰੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੀ ਕਰੇ। ਇਤਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਓ ਹੁਣ ਜੋ ਭਾਈ ਸਾਹਿਬ ਜੀ ਦਾ ਪਾਠ ਅਨੰਦ ਸਾਹਿਬ ਜੀ ਦਾ ਪਾਠ ਹੋਵੇਗਾ, ਨਾਲ ਹੀ ਅਰਦਾਸ ਕੀਤੀ ਜਾਵੇਗੀ। ਫਤਿਹ ਨਾਲ ਸਾਂਝ ਪਾਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਚਿਆ ਰਿਹਾ ਜੀ ਕੇ ਪਤੀ ਬਿਰਤ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੀ ਬੋਲੋ ਜੀ ਝੰਡੇ ਹੋਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਸਿੱਖਾਂ ਦਾ ਮਨ ਨੀਨਾ ਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਹਨਾਂ ਸੋ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਤਿਆਂ ਦੀ ਓਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਆਨੰਦ ਪਿਆ ਵਡ ਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਸਗਲ ਕਿਛ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜੀਓ ਜੋ ਕਰ ਸੁਭ ਕੇ ਨਿਕਲਿਆ ਤਾਰੇ ਛੱਪੇ ਅੰਧੇਰ ਪਲਵਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਣਜੀਤ ਗਲੋਬਲ ਸਕੂਲ ਸਮੁੱਚਾ ਪਰਿਵਾਰ ਸਮੁੱਚਾ ਸਟਾਫ ਬੱਚਿਆਂ ਵੱਲ ਸੱਚੇ ਪਾਤਸ਼ਾਹ ਜੀਓ
ਆਪ ਜੀ ਦੀ ਖੁਸ਼ੀ ਪ੍ਰਾਪਤ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਦੀਵਾਨ ਸਜਾ ਕਰਕੇ ਅਲਾਹੀ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਾਈ ਸਾਹਿਬ ਜੀ ਦੇ ਪਾਠ, ਸ਼ੇਪੜੀ ਅਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਬੱਚਿਆਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੀ ਪ੍ਰਕਾਸ਼ ਗੁਰਪ ਤੇ ਸੱਚੇ ਪਾਤਸ਼ਾਹ ਵਿਚਾਰ ਕੀਤੀ ਗਈ ਹੈ। ਪੜੀ ਸੁਣੀ ਬਾਣੀ ਸੱਚਖੰਡ ਪ੍ਰਵਾਨ ਕਰਨੀ, ਆਸ਼ਾ ਭਾਵ ਸਮੁੱਚੇ ਬੱਚਿਆਂ ਦੇ ਹਿਰਦੇ ਅੰਦਰ ਵਸਾਉਣਾ, ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਤਰੱਕੀਆਂ ਬਖਸ਼ਿਸ਼ ਕਰਨੀਆਂ, ਸੱਚੇ ਪਾਤਸ਼ਾਹ ਬੱਚਿਆਂ ਨੂੰ ਵਿਦਿਆ ਦੇ ਦਾਨ ਨਾਮ ਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਸਮੁੱਚੇ ਪਰਿਵਾਰ ਵੱਲੋਂ ਹਰਜੀਤ ਗਲੋਬਲ ਸਕੂਲ ਸਮੁੱਚੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪ ਜੀ ਨੂੰ ਨਮਸਕਾਰ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਜਿੱਥੇ ਆਪ ਅਲਾਹੀ ਬਾਣੀ ਸਰਵਣ ਕੀਤੇ ਉੱਥੇ ਸੱਚੇ ਬੱਚਿਆਂ ਨੂੰ ਸੱਚੇ ਪੂਰੇ ਸਟਾਫ ਦੇ ਨਾਲ ਸੱਚੇ ਪਾਤਸ਼ਾਹ ਸਾਂਝੀ ਕਰਦੇ ਹੋਏ ਪੂਰੀ ਵਾਰਤਾ ਨੂੰ ਆਪ ਚਰਨਾਂ ਚਰਨਾਂ ਨਾਲ ਬੇਨਤੀ ਕਰਦਿਆਂ ਹੋਇਆਂ ਸੇਵਕ ਪਰਿਵਾਰ ਵੱਲੋਂ ਸਮੁੱਚੀ ਸੰਗਤ ਲਈ ਸੱਚੇ ਪਾਤਸ਼ਾਹ ਜੀ ਉਹ ਕੜਾ ਪ੍ਰਸ਼ਾਦ ਜੀ ਦੇਵ ਦਰ ਹਾਜ਼ਰ ਕੀਤੀ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਕੜਾ ਪ੍ਰਸ਼ਾਦ ਸਾਧ ਸੰਗਤ ਸੀ ਲਾਏ ਜੋ ਜੋ ਛਕੇ ਆਪ ਜੀ ਦਾ ਨਾਮ ਜਪੇ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਮੁੱਚੇ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ ਆਪ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿਰਪਾ ਕਰਨੀ ਕਾਰੋਬਾਰ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਘਰ ਵਿੱਚ ਸੁੱਖ ਸ਼ਾਂਤੀ ਪਰਸ ਪਰ ਪਿਆ ਤੰਦਰੁਸਤੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਆਪਣਾ ਮੇਲ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਛੇ ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਚਰਨ ਕਮਲਾ ਪਾਸ ਸਮੁੱਚੇ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸੁਖ ਵਰਤਾਣੀ ਸੁਖ ਹੋਵੇ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Thank you.
Bye.